ਗੱਲ ਕੀ ਹੋਇਆ ਆਪਾਂ ਕੰਮ ਕਰਦੇ ਸੀ ਮੈਂ ਆਇਆ 9 ਵਜੇ ਉਹ ਜਿਹੜੇ 3 ਬੰਦੇ ਸੀ ਉਹ ਪਾਣੀ ਪੀਣ ਲੱਗੇ ਸੀ ਇਹ ਯਕਦਮ ਹੋ ਗਿਆ ਆਪਾਂ ਗਏ ਮੈਂ ਕਿਹਾ ਬਾਥਰੂਮ ਮੈਂ ਪਿਸ਼ਾਬ ਕਰਨ ਨੂੰ ਗਿਆ ਮੈਂ ਪਿਸ਼ਾਬ ਕਰਕੇ ਆਇਆ ਮੈਂ ਕਿਹਾ ਮੈਂ ਉਹਦਾ ਲਾਈਟ ਲੱਗੀ ਪਈ ਆ ਮੈਂ ਕਿਹਾ ਫਿਰ ਬੁੱਝ ਦੀ ਗਿਆ ਕਿ ਵੀ ਮੈਂ ਯਕਦਮ ਹੀ ਹੋ ਗਿਆ ਆਪਾਂ ਉੱਤੇ ਗਏ ਦੇਖਣ ਨੂੰ ਨਾਲ ਹੀ ਦੇਖਿਆ ਉਹ ਛੋੜ ਪੈ ਗਿਆ ਆਪਾਂ ਸਾਡੇ ਜਾਣ ਤੋਂ ਪਹਿਲਾਂ ਹੀ ਪੈ ਗਿਆ ਸੀ ਉਹ ਮੈਟ ਮੂਟ ਜਲ ਗਏ ਸੀ ਉਹ ਹੋਰ ਉੱਤੇ ਪਾਣੀ ਪਾਣ ਲੱਗੇ ਆਪਾਂ ਮਨਾ ਕੀਤਾ ਆਪਾਂ ਮਨਾ ਕਰਨ ਤੋਂ ਬਾਵਜੂਦ ਵੀ ਫਿਰ ਹੁਣ ਫਿਰ ਮੈਂ ਉਹਨਾਂ ਨੂੰ ਕਿਹਾ ਪਾਣੀ ਨਹੀਂ ਪਾਣਾ ਉਹ ਪਾਓ ਜਿਹੜਾ ਕੀ ਕਹਿੰਦੇ ਆਪਾਂ ਹਾਂ ਫੋਮ ਜਿਹੜਾ ਹੈਗਾ ਹਾਂ ਫੋਨ ਉਹ ਚੱਕ ਕੇ ਮੈਂ ਦਿੱਤਾ ਮੈਂ ਥੱਲੇ ਜਾ ਕੇ ਫਿਰ ਮੈਂ ਚੌਕੀਦਾਰ ਨੂੰ ਬੁਲਾਇਆ ਜਦੋਂ ਮੈਂ ਆਇਆ ਸੀ ਚੌਕੀਦਾਰ ਵੀ ਨਹੀਂ ਸੀ ਥੱਲੇ ਇਹ ਸ਼ਾਰਟ ਸਰਕਟ ਨਾਲ ਲੱਗੀ ਆ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਹਾਂ ਬਿਜਲੀ ਕਿੰਨੇ ਜਾਣੇ ਸੀ ਅੰਦਰ 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 ਤਾਂ ਕੋਈ ਨਹੀਂ ਸੀ ਜੇ ਖਾਲੀ ਜਿਹਾ ਸੀ ਸਵੇਰੇ ਸਫਾਈ ਕਰਨਾ ਸੀ ਹਾਂ ਆਪਾਂ ਪਹਿਲਾਂ ਆਪਾਂ ਇਹ ਰੈਸਟੋਰੈਂਟ 'ਚ ਲੱਗੀ ਆ ਹਾਂ ਰੈਸਟੋਰੈਂਟ 'ਚ ਜਿਹੜਾ ਪਾਲਟੀ ਪੁਲਟੀ ਜਿਹਨੇ ਨੱਚਦੇ ਉੱਪਰ ਬਚਾ ਹੋ ਗਿਆ ਜਿਮ ਦਾ ਬਚਾ ਹੋ ਗਿਆ ਉੱਤੇ ਤਾਂ ਹੁਣ ਭਾਜੀ ਨੁਕਸਾਨ ਤਾਂ ਹੋ ਗਿਆ ਹੀ ਹੁਣ ਆਪਾਂ ਹੁਣ ਕੀ ਕਹਿ ਸਕਦੇ ਨਾਮ ਕੀ ਆਪਣਾ ਨਾਮ ਆਪਣਾ ਜੀ ਕਰਨ ਕਰਨ ਮੇਰਾ ਸਾਬ ਅਫਸਰ ਵਿਨੋਦ ਕੁਮਾਰ ਸਾਨੂੰ 9 ਵਜੇ 40 ਮਿੰਟ ਦੀ ਜਾਣਕਾਰੀ ਮਿਲੀ ਆ ਕਿ ਸ਼ਿਵਾਪਣੀ ਮੰਦਰ ਦੇ ਕੋਲ ਜਿਮ ਨੂੰ ਅਤੇ ਜਿਹੜਾ ਰੈਸਟੋਰੈਂਟ ਉਹਨੂੰ ਅੱਗ ਲੱਗ ਗਈ ਆ ਅਸੀਂ ਮੌਕੇ 3 ਫਾਇਰ ਟੈਂਡ ਲੈ ਕੇ ਪਹੁੰਚੇ ਹਾਂ ਅਤੇ ਅੱਗ 'ਤੇ ਕਾਬੂ ਪਾ ਲਿਆ ਕਿੰਨਾ ਟਾਈਮ ਲੱਗਾ ਅੱਗ 'ਤੇ ਕਾਬੂ ਪਾ ਸਾਨੂੰ 1.5 ਘੰਟੇ ਵਿੱਚ ਕਾਬੂ ਪਾ ਲਿਆ ਕਿਉਂਕਿ ਆਪਾਂ ਨੁਕਸਾਨ ਦੇਖੀਏ ਤਾਂ ਨੁਕਸਾਨ ਕਾਫੀ ਜ਼ਿਆਦਾ ਹੋਇਆ ਕਿੰਨਾ ਦਸ ਸੀਲਿੰਗ ਦੇ ਵਿੱਚ ਅੱਗ ਲੱਗੀ ਸਾਈਡ ਦੇ ਵਿੱਚ ਸੀਲਿੰਗ ਹੁੰਦੀ ਆ ਉਹਦੇ ਵਿੱਚ ਅੱਗ ਲੱਗੀ ਹੋਈ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ